Subscribe the channel and press the bell notification icon. ਜਿਹੜੇ ਦੇਸ਼ ਦੀ ਕਾਨੂੰਨ ਵਿਵਸਥਾ ਹੀ ਇੰਨੀ ਕਮਜ਼ੋਰ ਹੋਵੇਗੀ, ਉਸ ਦੇਸ਼ ਦੇ ਲੋਕਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ, ਉਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਪੰਜਾਬ ਵਿੱਚ ਆਏ ਦਿਨ ਕਿਸੇ ਨਾ ਕਿਸੇ ਸ਼ਰਮਨਾਕ ਘਟਨਾ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦੇ ਦਿੱਤਾ ਜਾਂਦਾ ਹੈ। ਬੀਤੀ ਰਾਤ ਕਪੂਰਥਲਾ ਵਿੱਚ ਇੱਕ 19 ਸਾਲਾ ਨੌਜਵਾਨ ਨੂੰ ਗੁੰਡਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ। ਇਸ ਤੋਂ ਪਹਿਲਾਂ ਵੀ ਕਪੂਰਥਲਾ ਸ਼ਹਿਰ ਵਿੱਚ ਇੱਕ ਨੌਜਵਾਨ ਲੜਕੇ ਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਸੀ। ਹਲੇ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਹੀ ਰਹੀ ਸੀ ਕਿ ਬੀਤੀ ਰਾਤ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਇਸ ਦੇ ਸੰਬੰਧ ਵਿੱਚ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕਾਨੂੰਨ ਵਿਵਸਥਾ ਇਸੇ ਤਰ੍ਹਾਂ ਕਮਜ਼ੋਰ ਰਹੇਗੀ ਤਾਂ ਚੋਣਾਂ ਦੇ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ। ਇਹ ਗੱਲ ਹੈ ਕਿ 5-6 ਘਟਨਾਵਾਂ ਜਿਹੜੀਆਂ ਕਪੂਰਥਲੇ ਵਿੱਚ ਹੋਈਆਂ, ਕਿਸੇ ਨੂੰ ਰਾਹ ਜਾਂਦੇ ਤੇਲ ਪਾ ਕੇ ਸਾੜ ਦੇਣਾ ਜਾਂ ਬਾਹਰ ਡਾਂਗਾਂ ਸੋਟਿਆਂ ਦੇ ਨਾਲ ਜਿਮ ਦੇ ਸਾਹਮਣੇ ਨੌਜਵਾਨ ਨੂੰ ਕੁੱਟਣਾ ਮਾਰਨਾ, ਇਸ ਤੋਂ ਅੱਗੇ ਵੀ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਵੱਢ ਕੇ ਜਾਂ ਟੁੱਕ ਕੇ ਕਿਸੇ ਦੀ ਜਵਾਨੀ ਨੂੰ ਖਤਮ ਕਰ ਦੇਣਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਕਪੂਰਥਲਾ ਦੇ ਵਿੱਚ। ਇਹ ਲਾਅ ਐਂਡ ਆਰਡਰ ਜਿਹੜਾ ਇਹ ਦੱਸਦਾ ਕਿ ਇੱਥੇ ਬਹੁਤ ਢਿੱਲ ਹੈ। ਇਸ ਦੇ ਨਾਲ ਹੀ ਜਨਰਲ ਸਕੱਤਰ ਵਿਨੋਦ ਕੁਮਾਰ ਨੇ SSP ਸਤਿੰਦਰ ਸਿੰਘ ਤੇ ਸ਼ਬਦੀ ਵਾਰ ਵੀ ਕੀਤੇ। ਆਓ ਸੁਣਦਿਆਂ ਵਿਨੋਦ ਕੁਮਾਰ ਨੇ ਇਸ ਦੇ ਬਾਰੇ ਕੀ ਕਿਹਾ। ਲਾਅ ਐਂਡ ਆਰਡਰ ਦੀ ਕੋਈ ਚੀਜ਼ ਨਹੀਂ ਹੈਗੀ, SSP ਸਾਹਿਬ ਦਾ ਕੋਈ ਕੰਟਰੋਲ ਨਹੀਂ ਹੈਗਾ ਇਸ ਜ਼ਿਲ੍ਹੇ ਦੇ ਵਿੱਚ। ਅਸੀਂ ਬੇਨਤੀ ਕਰਦੇ ਹਾਂ ਕਿ ਅਗਰ ਇਹ SSP ਸਾਹਿਬ ਲਾਅ ਐਂਡ ਆਰਡਰ ਨਹੀਂ ਕਾਇਮ ਰੱਖ ਸਕਦੇ ਤਾਂ ਇਹਨਾਂ ਨੂੰ ਕਿਰਪਾ ਕਰਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਭੇਜ ਦਿੱਤਾ ਜਾਵੇ। ਅਸੀਂ ਲੋਕ ਅਮਨ ਪਸੰਦ ਹੈਗੇ ਹਾਂ, ਅਸੀਂ ਸ਼ਹਿਰ ਨੂੰ ਅਮਨ ਪਸੰਦ ਹੀ ਦੇਖਣਾ ਚਾਹੁੰਦੇ ਹਾਂ। ਇਲੈਕਸ਼ਨ ਦਾ ਮਾਹੌਲ ਅਸੀਂ ਨਹੀਂ ਚਾਹੁੰਦੇ ਕਿ ਇਲੈਕਸ਼ਨ ਦੇ ਵਿੱਚ ਕੋਈ ਵੀ ਇਹੋ ਜਿਹੀ ਅਣਸੁਖਾਵੀ ਘਟਨਾ ਹੋਵੇ ਜਿਹਦੇ ਨਾਲ ਇਲੈਕਸ਼ਨ ਦਾ ਦੌਰ ਜਿਹੜਾ ਹੈ ਖਰਾਬ ਹੋਵੇ। ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ। ਇਸ ਘਟਨਾ ਦੇ ਬਾਰੇ ਜਦੋਂ SHO ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਾਨੂੰਨ ਵਿਵਸਥਾ ਦੇ ਸੰਬੰਧ ਵਿੱਚ ਗੋਲਮੋਲ ਜਿਹੇ ਜਵਾਬ ਹੀ ਦਿੱਤੇ। ਸਾਰੇ ਥਾਵਾਂ 'ਤੇ ਨਾਕੇ ਪਲਾਨ ਕੀਤੇ ਜਾ ਰਹੇ ਆ, ਸਿਟੀ ਸੀਲਿੰਗ ਕੀਤੀ ਜਾ ਰਹੀ ਆ, ਸਾਰੀ ਫੋਰਸ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਰਾ ਸ਼ਾਮ ਨੂੰ ਐਟਲੀਸਟ ਫੀਲਡ 'ਚ ਰਹੇ। ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਚੋਣਾਂ ਦੇ ਦਿਨਾਂ ਵਿੱਚ ਸੁਰੱਖਿਆ ਪ੍ਰਬੰਧ ਇੰਨੇ ਕਮਜ਼ੋਰ ਕਿਉਂ ਨੇ? ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਚੋਣਾਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਨਿਊਜ਼ ਡੈਸਕ ਤੋਂ ਸਿਮਰਨ ਕੌਰ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ।